गुड मॉर्निंग स्टूडेंट्स, प्यारे बच्चों, आज असी अपना डबल क्लॉ दे विच इसकी सैकेंड टाइप डिस्कस करन जा रहे हैं, जिदा नाम है सेंटर स्टिच डबल क्लॉथ। इस सेंटर स्टिच डबल क्लॉथ विच दसन तो पहले मैं तुहानू थोड़ा सैल्फ स्टिच डबल क्लॉथ बारे थोड़ा रिवाइज करवाना चाहवागा। इन केस ऑफ सैल्फ स्टिच डबल क्लॉथ विच की सी कि फैब्रिक की दो लेयर्स बनदियां ही, दो लेयर बनने तो बाद असी वो दोनों लेयरस नू आपस में जोड़ देंदे सी, या तो असी बैक लेयर के कुछ धागे फेस पिक के नाल इंटरलेस करवा देंदे ही, या फेस के कुछ धागे असी बैक पिक के नाल इंटरलेस आपस में करवा देंदे ही। इस दे नाल की सी साडी फैब्रिक की दोनों लेयरस आपस में जुड़ जांदियां सी। ਇਹ ਕੇਸ ਸੀ ਇਨ ਕੇਸ ਆਫ ਸੈਲਫ ਸਟਿਚ ਡਬਲ ਕਲੋਥ। ਬਟ ਇਨ ਕੇਸ ਆਫ ਸੈਂਟਰ ਸਟਿਚ ਡਬਲ ਕਲੋਥ ਦੇ ਵਿੱਚ ਅਸੀਂ ਕੀ ਹੈ, ਇਸ ਦੇ ਵਿੱਚ ਵੀ ਫੈਬਰਿਕ ਦੀ ਦੋ ਲੇਅਰਸ ਆਪਸ ਫੈਬਰਿਕ ਦੀ ਦੋ ਲੇਅਰਸ ਬਣਦੀਆਂ। ਬਣਨ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਉਹ ਦੋਨਾਂ ਲੇਅਰ ਦੇ ਸੈਂਟਰ ਦੇ ਵਿੱਚ ਅਸੀਂ ਇੱਕ ਧਾਗਾ ਲੈ ਲੈਂਦੇ ਹਾਂ, ਅਤੇ ਉਸ ਧਾਗੇ ਦੇ ਨਾਲ ਅਸੀਂ ਫੇਸ ਅਤੇ ਬੈਕ ਫੈਬਰਿਕ ਦੀ ਲੇਅਰਸ ਨੂੰ ਆਪਸ ਵਿੱਚ ਜੋੜ ਦਿੰਦੇ ਹਾਂ। ਇਹ ਸੇਮ ਕੇਸ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਅਸੀਂ ਕੱਪੜੇ ਦੀ ਦੋ ਲੇਅਰਸ ਨੂੰ ਲੈ ਕੇ ਸੂਈ ਧਾਗੇ ਦੇ ਨਾਲ ਸੀਂਦੇ ਹਾਂ। ਪਹਿਲੇ ਸੂਈ ਨੂੰ ਇੱਕ ਸਾਈਡ ਤੋਂ ਇੰਟਰੋਡਿਊਸ ਕਰਦੇ ਹਾਂ ਕੱਪੜੇ ਦੇ ਵਿੱਚ, ਅਤੇ ਦੂਸਰੀ ਸਾਈਡ ਤੋਂ ਕੱਢ ਲੈਂਦੇ ਹਾਂ। ਫਿਰ ਵਾਪਸ ਅਸੀਂ ਉਸੇ ਸੂਈ ਨੂੰ ਟੌਪ ਤੋਂ ਇੰਟਰੋਡਿਊਸ ਕਰਕੇ ਬੌਟਮ ਤੋਂ ਕੱਢ ਲੈਂਦੇ ਹਾਂ। ਸੇਮ ਇਸੇ ਤਰ੍ਹਾਂ ਹੀ ਇਸ ਸੈਂਟਰ ਦਾ ਧਾਗਾ ਇਸ ਫੈਬਰਿਕ ਦੀ ਦੋਨਾਂ ਲੇਅਰਸ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ। ਪਹਿਲਾ ਪੁਆਇੰਟ ਇਸ ਦੇ ਵਿੱਚ ਕਹਿ ਰਿਹਾ ਹੈ ਕਿ ਮੇਨ ਪਰਪਸ ਇਜ਼ ਟੂ ਬਾਇੰਡ ਦ ਟੂ ਫੈਬਰਿਕ ਟੁਗੈਦਰ ਵਿਦ ਦੀ ਹੈਲਪ ਆਫ ਸੈਂਟਰ ਥਰੈਡ। ਸੋ ਇਸ ਦਾ ਮੇਨ ਪਰਪਸ ਕੀ ਹੈ ਕਿ ਫੈਬਰਿਕ ਦੀ ਦੋ ਲੇਅਰਸ ਨੂੰ ਆਪਸ ਵਿੱਚ ਜੋੜਨਾ ਵਿਦ ਦੀ ਹੈਲਪ ਆਫ ਸੈਂਟਰ ਥਰੈਡ ਵਿਚ ਆਰ ਫਾਈਨਰ ਦੈਨ ਆਈਦਰ ਫੇਸ ਔਰ ਬੈਕ ਐਂਡ, ਜੋ ਕਿ ਜਿਹੜੇ ਧਾਗੇ ਫੇਸ ਤੇ ਯੂਜ਼ ਹੋਏ ਨੇ ਜਾਂ ਬੈਕ ਤੇ ਯੂਜ਼ ਹੋਏ ਨੇ ਉਹਨਾਂ ਦੋਨਾਂ ਧਾਗੇ ਨਾਲੋਂ ਇਹ ਵਾਲਾ ਜਿਹੜਾ ਸਾਡਾ ਸੈਂਟਰ ਥਰੈਡ ਹੁੰਦਾ ਹੈ ਇਹ ਫਾਈਨ ਹੁੰਦਾ ਹੈ, ਪਤਲਾ ਹੁੰਦਾ ਹੈ। ਇਨ ਦਿਸ ਫੈਬਰਿਕ ਦੀ ਥਰੈਡਸ ਆਫ ਵਨ ਫੈਬਰਿਕ ਡੂ ਨਾਟ ਇੰਟਰਵੀਵ ਵਿਦ ਦੋਜ਼ ਆਫ ਅਦਰ ਫੈਬਰਿਕ। ਇਸ ਪਰਟੀਕੂਲਰ ਫੈਬਰਿਕ ਦੇ ਵਿੱਚ ਫੈਬਰਿਕ ਦੀ ਇੱਕ ਲੇਅਰ ਦਾ ਧਾਗਾ ਦੂਸਰੀ ਲੇਅਰ ਦੇ ਨਾਲ ਇੰਟਰਵੀਵ ਨਹੀਂ ਕਰਦਾ। ਹੁਣ ਜਿਸ ਤਰ੍ਹਾਂ ਸੈਲਫ ਸਟਿਚ ਡਬਲ ਕਲੋਥ ਦੇ ਵਿੱਚ ਕੀ ਸੀ, ਉਹਦੇ ਵਿੱਚ ਵੀ ਕੱਪੜੇ ਦੀ ਦੋ ਲੇਅਰ ਸਨ, ਬਟ ਉਹਦੇ ਵਿੱਚ ਕੀ ਹੈ ਇੱਕ ਲੇਅਰ ਦਾ ਧਾਗਾ ਦੂਜੀ ਲੇਅਰ ਦੇ ਨਾਲ ਇੰਟਰਲੇਸ ਕਰਦਾ ਹੀ ਜਾਂ ਇੰਟਰਵੀਵ ਕਰਦਾ ਹੀ। ਕਿਸ ਤਰ੍ਹਾਂ ਅਸੀਂ ਜਾਂ ਤਾਂ ਕੁਛ ਧਾਗੇ ਬੈਕ ਅਤੇ ਫੇਸ ਪਿਕ ਦੇ ਨਾਲ ਇੰਟਰਲੇਸ ਕਰਵਾ ਦਿੰਦੇ ਹੀ, ਜਾਂ ਫੇਸ ਪਿਕ ਅਤੇ ਕੁਛ ਧਾਗੇ ਅਸੀਂ ਬੈਕ ਪਿਕ ਦੇ ਨਾਲ ਇੰਟਰਲੇਸ ਕਰਵਾ ਦਿੰਦੇ ਹੀ ਤਾਂ ਉਹ ਸਾਡਾ ਫੈਬਰਿਕ ਜੁੜਦਾ ਸੀ। ਬਟ ਇਸ ਪਰਟੀਕੁਲਰ ਫੈਬਰਿਕ ਦੇ ਵਿੱਚ ਫੈਬਰਿਕ ਜਿਹੜੇ ਇੱਕ ਲੇਅਰ ਦਾ ਜਿਹੜਾ ਥਰੈਡ ਹੈ ਉਹ ਦੂਸਰੀ ਲੇਅਰ ਦੇ ਥਰੈਡ ਦੇ ਨਾਲ ਇੰਟਰਵੀਵ ਨਹੀਂ ਕਰਦਾ ਜਾਂ ਇੰਟਰਲੇਸ ਨਹੀਂ ਕਰਦਾ। ਐਜ਼ ਸੈਂਟਰ ਥਰੈਡ ਓਸੀਲੇਟ ਬਿਟਵੀਨ ਵਨ ਐਂਡ ਦ ਅਦਰ ਐਂਡ ਲਾਈ ਬਿਟਵੀਨ ਦੈਮ ਵੈਨ ਨਾਟ ਇੰਪਲੋਇਡ ਫੋਰ ਟਾਈਮ। ਹੁਣ ਜਿਸ ਤਰ੍ਹਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਪਾ ਰਹੇ ਹੋ, ਸਾਡੇ ਕੋਲ ਜਿਹੜੀ ਹੈ ਰੈੱਡ ਕਲਰ ਦੀ ਲਾਈਨ ਹੈ ਦੈਟ ਇਜ਼ ਯੋਰ ਫੇਸ ਫੈਬਰਿਕ, ਬੈਕ ਬੋਟਮ ਤੇ ਜਿਹੜੀ ਹੈ ਗ੍ਰੀਨ ਲਾਈਨ ਹੈ ਦੈਟ ਇਜ਼ ਯੋਰ ਬੈਕ ਫੈਬਰਿਕ। ਇਹ ਦੋਨਾਂ ਲੇਅਰ ਦੇ ਵਿੱਚ ਕੀ ਹੈ ਇਸ ਸੈਂਟਰ ਦਾ ਥਰੈਡ, ਇਹ ਜਿਹੜੀ ਡੋਟੀ ਲਾਈਨ ਹੈ ਦੈਟ ਇਜ਼ ਯੋਰ ਸੈਂਟਰ ਥਰੈਡ, ਜਿਸ ਨੇ ਫੈਬਰਿਕ ਦੀ ਦੋਨਾਂ ਲੇਅਰਸ ਨੂੰ ਆਪਸ ਵਿੱਚ ਜੋੜਨਾ ਹੈ। ਹੁਣ ਤੁਸੀਂ ਇਹ ਵਾਲਾ ਪੁਆਇੰਟ ਦੇਖੋ, ਪਹਿਲੇ ਸੈਂਟਰ ਦਾ ਧਾਗਾ ਆਇਆ, ਸੈਂਟਰ ਦਾ ਧਾਗਾ ਫੇਸ ਤੇ ਫੇਸ ਪਿਕ ਦੇ ਨਾਲ ਇੰਟਰਲੇਸ ਕਰ ਗਿਆ ਇੱਕ ਸਟਿਚਿੰਗ। ਇਹਨੇ ਸੈਂਟਰ ਦੇ ਧਾਗੇ ਨੇ ਇਹ ਜਿਹੜਾ ਫੇਸ ਫੈਬਰਿਕ ਹੈ ਇਸ ਦੇ ਨਾਲ ਇੰਟਰਲੇਸ ਕਰ ਲਿਆ। ਹੁਣ ਇਹੀ ਜਿਹੜਾ ਸੈਂਟਰ ਦਾ ਧਾਗਾ ਹੈ ਇਹ ਦੋਨਾਂ ਲੇਅਰਸ ਦੇ ਵਿੱਚ ਰਹੇਗਾ, ਉੱਤੇ ਨਹੀਂ ਆਏਗਾ। ਫਿਰ ਥੋੜ੍ਹੀ ਦੂਰੀ ਤੇ ਜਾ ਕੇ ਫਿਰ ਇਹੀ ਸੇਮ ਸੈਂਟਰ ਦਾ ਧਾਗਾ ਬੈਕ ਫੈਬਰਿਕ ਦੇ ਨਾਲ ਇੰਟਰਲੇਸ ਕਰ ਗਿਆ। ਸੋ ਰੈੱਡ ਕਲਰ ਵਾਲਾ ਫੈਬਰਿਕ ਵੀ ਇਹਨੇ ਪਕੜ ਲਿਆ ਸੈਂਟਰ ਦੇ ਧਾਗੇ ਨੇ, ਤੇ ਬੈਕ ਵਾਲਾ ਫੈਬਰਿਕ ਵੀ ਇਸ ਪਰਟੀਕੂਲਰ ਸੈਂਟਰ ਦੇ ਧਾਗੇ ਨੇ ਪਕੜ ਲਿਆ, ਤੇ ਦੋਨਾਂ ਲੇਅਰਸ ਨੂੰ ਆਪਸ ਵਿੱਚ ਜੋੜ ਦੇਗਾ। ਇਹ ਜਿਹੜਾ ਸੈਂਟਰ ਦਾ ਧਾਗਾ ਇਹ ਕਦੀ ਫੇਸ ਤੇ ਤੁਹਾਨੂੰ ਦਿਖਾਈ ਨਹੀਂ ਦੇਗਾ, ਇਹ ਕੀ ਹੈ ਕੱਪੜੇ ਦੀ ਦੋਨਾਂ ਲੇਅਰਸ ਦੇ ਵਿੱਚ ਰਹਿੰਦਾ, ਤੇ ਦੋਨਾਂ ਲੇਅਰਸ ਨੂੰ ਆਪਸ ਵਿੱਚ ਜੋੜ ਦਿੰਦਾ ਹੈ, ਜਿਸ ਤਰ੍ਹਾਂ ਅਸੀਂ ਇਸ ਡਾਇਗ੍ਰਾਮ ਦੇ ਵਿੱਚ ਦੇਖ ਪਾ ਰਹੇ ਹਾਂ। ਇਹ ਐਰੋ ਇੰਡੀਕੇਟ ਕਰਦਾ ਪਿਆ ਇਸ ਸੈਂਟਰ ਥਰੈਡ ਦੀ ਪੋਜੀਸ਼ਨ ਨੂੰ ਇੰਡੀਕੇਟ ਕਰਦਾ ਪਿਆ, ਜਿਹੜਾ ਕਿ ਫੇਸ ਲੇਅਰ ਤੇ ਬੈਕ ਲੇਅਰ ਦੇ ਫੈਬਰਿਕ ਨੂੰ ਆਪਸ ਵਿੱਚ ਜੋੜਦਾ ਪਿਆ। ਅੱਗੇ ਕਹਿੰਦਾ ਪਿਆ ਦੈਟ ਟੂ ਫੈਬਰਿਕਸ ਆਰ ਲੈਸ ਫਰਮਲੀ ਯੂਨਾਈਟਿਡ ਐਸ ਕੰਪੇਅਰ ਟੂ ਸੈਲਫ ਸਟਿਚ ਡਬਲ ਕਲੋਥ। ਐਸ ਕੰਪੇਅਰ ਟੂ ਸੈਲਫ ਸਟਿਚ ਡਬਲ ਕਲੋਥ ਨਾਲੋਂ ਇਹ ਜਿਹੜਾ ਸੈਂਟਰ ਸਟਿਚ ਡਬਲ ਕਲੋਥ ਹੈ ਇਹ ਲੈਸ ਫਰਮਲੀ ਯੂਨਾਈਟਿਡ ਹੁੰਦਾ ਹੈ। ਬੜੀ ਜਿੰਨਾ ਟਾਈਟ ਕੱਪੜਾ ਤੁਹਾਨੂੰ ਸੈਲਫ ਸਟਿਚ ਡਬਲ ਕਲੋਥ ਦਾ ਮਿਲੇਗਾ, ਉਨਾ ਇਹ ਵਾਲਾ ਕੱਪੜਾ ਉਨਾ ਫਰਮਲੀ ਆਪਸ ਵਿੱਚ ਜੁੜਿਆ ਨਹੀਂ ਹੁੰਦਾ ਜਿੰਨਾ ਸੈਲਫ ਸਟਿਚ ਡਬਲ ਕਲੋਥ ਹੁੰਦਾ। ਜਿਸ ਕਰਕੇ ਸਸ ਟਾਈਪ ਆਫ ਕਲੋਥ ਹੈ ਸੋਫਟਰ ਐਂਡ ਫੁੱਲਰ ਹੈਂਡਲ, ਜਿਸ ਕਰਕੇ ਸੈਂਟਰ ਸਟਿਚ ਡਬਲ ਕਲੋਥ ਹੈ ਉਹਦੀ ਜਿਹੜੀ ਹੈਂਡਲ ਹੁੰਦੀ ਹੈ ਉਹ ਸੋਫਟਰ ਹੁੰਦੀ ਹੈ ਐਸ ਕੰਪੇਅਰ ਟੂ ਸੈਲਫ ਸਟਿਚ ਡਬਲ ਕਲੋਥ ਨਾਲੋਂ।
ਤੁਸੀਂ ਇਹ ਫਿਗਰ ਦੇ ਵਿੱਚ ਵੀ ਦੇਖ ਪਾ ਰਹੇ ਹੋ ਜਿਸ ਤਰ੍ਹਾਂ ਰੈੱਡ ਕਲਰ ਹੈ ਦੈਟ ਇਜ਼ ਯੋਰ ਫੇਸ ਫੈਬਰਿਕ, ਬਲੂ ਕਲਰ ਤੁਹਾਡਾ ਬੈਕ ਫੈਬਰਿਕ ਹੈ ਤੇ ਆ ਸੈਂਟਰ ਦਾ ਤਗਾਰ ਹੈ ਜੋ ਕਿ ਇਹਨਾਂ ਨੂੰ ਆਪਸ ਵਿੱਚ ਜੋੜਦਾ ਪਿਆ। ਐਂਡ ਦੀ ਵੀਵ ਯੂਜ਼ਡ ਫॉर ਫੇਸ ਐਂਡ ਬੈਕ ਫੈਬਰਿਕ ਕੈਨ ਬੀ ਸੇਮ অর ਡਿਫਰੈਂਟ। ਜਿਹੜੀ ਵੀਵ ਤੁਸੀਂ ਫੇਸ ਤੇ ਕੱਪੜੇ ਵਾਸਤੇ ਜਾਂ ਬੈਕ ਦੇ ਕੱਪੜੇ ਵਾਸਤੇ ਯੂਜ਼ ਕਰਦੇ ਪਿਓ ਉਹ ਸੇਮ ਵੀ ਹੋ ਸਕਦੀ ਹੈ ਤੇ ਅਲੱਗ-ਅਲੱਗ ਵੀ ਹੋ ਸਕਦੀ ਹੈ। ਹੁਣ ਸੇਮ ਉਹੀ ਪੁਆਇੰਟ, ਇਹਨਾਂ ਦਾ ਸਟਿਚਿੰਗ ਪ੍ਰੋਸੀਜਰ ਕੀ ਹੈ, ਮੀਨਸ ਦੋਨਾਂ ਫੈਬਰਿਕ ਦੀ ਦੋਨਾਂ ਲੇਅਰਸ ਨੂੰ ਆਪਸ ਵਿੱਚ ਜੋੜਨ ਦਾ ਪ੍ਰੋਸੀਜਰ ਕੀ ਹੈ, ਕੀ ਸਟਿਚਿੰਗ ਪ੍ਰੋਸੀਜਰ ਫੋਲੋ ਕਰਦੇ ਹਾਂ। ਕਹਿੰਦਾ ਜੀ ਰੇਜ਼ ਦਾ ਸੈਂਟਰ ਥਰੈਡ ਔਨ ਫੇਸ ਪਿਕ। ਆ ਜਿਹੜਾ ਸੈਂਟਰ ਦਾ ਧਾਗਾ ਅਸੀਂ ਫੇਸ ਪਿਕ ਤੇ ਰੇਜ਼ ਕੀਤਾ ਕਦੋਂ, ਵੈਨ ਦੇ ਆਰ ਕਵਰਡ ਬਾਈ ਫਲੋਟ ਆਫ ਫੇਸ ਯਾਰਨ। ਇਹ ਤੁਸੀਂ ਸਟਿਚ, ਇਹ ਜੋ ਤੁਸੀਂ ਸੈਂਟਰ ਦਾ ਧਾਗਾ ਫੇਸ ਪਿਕ ਤੇ ਰੇਜ਼ ਕਰਨਾ ਹੈ ਕਿਸ ਵੇਲੇ, ਜਦੋਂ ਦੋਨਾਂ ਸਾਈਡ ਤੇ ਫੇਸ ਤੇ ਧਾਗਿਆਂ ਦਾ ਫਲੋਟ ਹੋਵੇ। ਲੋਅਰ ਦਾ ਸੈਂਟਰ ਥਰੈਡ ਔਨ ਬੈਕ ਪਿਕ ਵੈਨ ਦੇ ਆਰ ਕਵਰਡ ਬਾਈ ਫਲੋਟ ਆਫ ਬੈਕ ਯਾਰਨ। ਇਸ ਸੈਂਟਰ ਦੇ ਧਾਗੇ ਨੂੰ ਬੈਕ ਪਿਕ ਤੇ ਲੋਅਰ ਕਰਨਾ ਹੈ ਕਿਸ ਵੇਲੇ, ਜਦੋਂ ਉਸਦੇ ਦੋਨਾਂ ਸਾਈਡ ਤੇ ਬੈਕ ਯਾਰਨ ਦਾ ਫਲੋਟ ਹੋਵੇ। ਜਦੋਂ ਤੁਸੀਂ ਇਸ ਦਾ ਗ੍ਰਾਫ ਡਿਸਕਸ਼ਨ ਕਰੋਗੇ ਤਾਂ ਤੁਹਾਨੂੰ ਇਹ ਵਾਲਾ ਪੁਆਇੰਟ ਕਲੀਅਰ ਹੋ ਜਾਏਗਾ। ਹੁਣ ਇਹ ਦੀ ਗ੍ਰਾਫੀਕਲ ਕੰਸਟਰਕਸ਼ਨ ਹੈਗੀ ਹੈ ਕਿ ਤੁਸੀਂ ਇਸ ਨੂੰ ਗ੍ਰਾਫ ਤੇ ਸੈਂਟਰ ਸਟਿਚ ਡਬਲ ਕੋਟ ਨੂੰ ਗ੍ਰਾਫ ਤੇ ਕਿਸ ਤਰ੍ਹਾਂ ਕੰਸਟਰਕਟ ਕਰੋਗੇ। ਅਸੀਂ ਇਸ ਗ੍ਰਾਫ ਦੇ ਵਿੱਚ ਕੀ ਹੈ, ਜਿਹੜੀ ਫੇਸ ਵੀਵ ਹੈ ਉਹ ਅਸੀਂ 4 ਆਫ 4 ਡਾਊਨ ਲਈ ਹੈ ਜੋ ਕਿ ਲਾਲ ਰੰਗ ਦੇ ਨਾਲ ਸ਼ੋਅ ਕੀਤੀ ਗਈ ਹੈ। ਬੈਕ ਵੀਵ ਵੀ ਸਾਡੀ 4 ਆਫ 4 ਡਾਊਨ ਹੈ ਜੋ ਕਿ ਅਸੀਂ ਬਲੂ ਕਲਰ ਦੇ ਨਾਲ ਸ਼ੋਅ ਕੀਤੀ ਗਈ ਹੈ। ਸੋ ਇਸ ਦੇ ਮੁਤਾਬਿਕ 4 ਆਫ 4 ਡਾਊਨ ਟਵਿਲ ਵੀਵ ਹੈ, 8 ਧਾਗੇ ਉਹਨੂੰ ਚਾਹੀਦੇ ਹਨ। ਬੈਕ ਵੀਵ ਵੀ ਸਾਡੀ 4 ਆਫ 4 ਡਾਊਨ ਦੀ ਹੈ ਤਾਂ ਉਸ ਨੂੰ ਵੀ 8 ਧਾਗੇ ਚਾਹੀਦੇ ਹਨ, ਤਾਂ ਸਾਡਾ ਜਿਹੜਾ ਗ੍ਰਾਫ ਹੈ ਇਹ 16 ਬਾਏ 16 ਦਾ ਹੋਣਾ ਚਾਹੀਦਾ। ਬਟ ਇਹ ਜਿਹੜਾ ਸਾਡਾ ਗ੍ਰਾਫ ਹੈ ਇਹ 18 ਬਾਏ 16 ਦਾ, ਐਂਡ 18 ਨੇ ਤੇ ਪਿਕ 16 ਨੇ। ਐਂਡ 2 ਕਿਉਂ ਵਧੇ, ਕਿਉਂਕਿ ਅਸੀਂ 2 ਧਾਗੇ ਸਟਿਚਿੰਗ ਦੇ ਵਿੱਚ ਇਸ ਗ੍ਰਾਫ ਦੇ ਵਿੱਚ ਲਏ ਨੇ। 16 ਧਾਗੇ, 8 ਧਾਗੇ ਫੇਸ ਤੇ, 8 ਧਾਗੇ ਬੈਕ ਤੇ 2 ਧਾਗੇ ਸਟਿਚਿੰਗ ਦੇ। ਇਹ ਦੇਖੋ ਸਟਿਚਿੰਗ ਦੇ ਅਸੀਂ ਵਾਰ ਵਾਈਜ਼ 2 ਧਾਗੇ ਲਏ ਨੇ। ਅਸੀਂ ਕੀ ਯਾਰ ਪੈਟਰਨ ਕੀ ਲਿਆ, ਫੇਸ ਬੈਕ ਫੇਸ ਬੈਕ ਫੇਸ ਬੈਕ, 6 ਧਾਗੇ ਬਾਅਦ 1 ਸਟਿਚਿੰਗ, ਫੇਸ ਬੈਕ ਫੇਸ ਬੈਕ ਫੇਸ ਬੈਕ, ਨੈਕਸਟ 6 ਧਾਗੇ ਬਾਅਦ ਫੇਸ ਸਟਿਚਿੰਗ, ਉਸ ਤੋਂ ਬਾਅਦ ਫੇਸ ਬੈਕ ਫੇਸ ਬੈਕ। ਹੁਣ ਅਸੀਂ ਕੀ ਕੀਤਾ, ਪਹਿਲੇ ਫੇਸ ਦੇ ਧਾਗਿਆਂ ਉੱਤੇ ਅਸੀਂ 4 ਆਫ 4 ਡਾਊਨ ਦੀ ਟਵਿਲ ਵੀ ਦਿੱਤੀ ਜੋ ਕਿ ਸਾਡੀ ਲਾਲ ਰੰਗ ਦੀ ਹੈ। ਇਹ ਫੇਸ ਐਂਡ ਐਂਡ ਫੇਸ ਪਿਕ ਤੇ ਅਸੀਂ ਲਾਲ ਰੰਗ ਦੀ ਵੀ ਭਰਤੀ। ਉਸ ਤੋਂ ਬਾਅਦ ਅਸੀਂ ਬੈਕ ਦੇ ਧਾਗਿਆਂ ਤੇ ਵੀ 4 ਆਫ 4 ਡਾਊਨ ਦੀ ਬਲੂ ਕਲਰ ਦੇ ਨਾਲ 4 ਆਫ 4 ਡਾਊਨ ਦੀ ਟਵਿਲ ਵੀ ਭਰਤੀ। ਸੋ ਸਿਰਫ ਸਟਿਚਿੰਗ ਦੇ ਧਾਗਿਆਂ ਨੂੰ ਛੱਡ ਕੇ, ਸਟਿਚਿੰਗ ਦੇ ਧਾਗਿਆਂ ਦੇ ਉੱਤੇ ਅਸੀਂ ਕੁਝ ਨਹੀਂ ਭਰਨਾ, ਸਿਰਫ ਫੇਸ ਐਂਡ ਫੇਸ ਪਿਕ ਤੇ 4 ਆਫ 4 ਡਾਊਨ ਟਵਿਲ ਵੀ ਭਰ ਦੇਣੀ। ਬੈਕ ਐਂਡ ਐਂਡ ਬੈਕ ਪਿਕ ਤੇ ਤੁਸੀਂ 4 ਆਫ 4 ਡਾਊਨ ਦੀ ਟਵਿਲ ਵੀ ਭਰ ਦੇਣੀ ਸਟਿਚਿੰਗ ਦੇ ਧਾਗਿਆਂ ਨੂੰ ਛੱਡ ਕੇ। ਫਸਟ ਸਟੈਪ ਕੀ ਹੈ, ਫੇਸ ਵੀ ਭਰਨੀ ਜੋ ਤੁਸੀਂ ਲਾਲ ਰੰਗ ਦੇ ਨਾਲ ਫੇਸ ਐਂਡ ਐਂਡ ਫੇਸ ਪਿਕ ਤੇ ਭਰਤੀ ਹੈ। ਦੂਜਾ ਸਟੈਪ ਬੈਕ ਐਂਡ ਐਂਡ ਬੈਕ ਪਿਕ ਤੇ ਤੁਸੀਂ ਬੈਕ ਵੀ ਭਰਨੀ ਜੋ ਤੁਸੀਂ ਬਲੂ ਕਲਰ ਦੇ ਨਾਲ ਭਰਤੀ ਹੈ। ਥਰਡ ਸਟੈਪ ਤੁਸੀਂ ਰੇਜ਼ਿੰਗ ਕਰਨੀ ਹੈ, ਆਲ ਫੇਸ ਐਂਡ ਰੇਜ਼ਡ ਔਨ ਬੈਕ ਪਿਕ। ਇਹ ਦੇਖੋ ਆਲ ਫੇਸ ਐਂਡ ਰੇਜ਼ਡ ਔਨ ਬੈਕ ਪਿਕ। ਸਟਿਚਿੰਗ ਦੇ ਧਾਗਿਆਂ ਨੂੰ ਕੁਝ ਨਹੀਂ ਕਰਨਾ, ਉਹ ਖਾਲੀ ਛੱਡ ਦਿੰਦੇ। ਸੇਮ ਸਾਰੇ ਧਾਗੇ ਇਹ ਚੱਕ ਦਿੰਦੇ ਸਾਰੇ ਗ੍ਰਾਫ ਦੇ ਵਿੱਚ। ਫਸਟ ਫੇਸ ਵੀ ਭਰੀ, ਸੈਕਿੰਡ ਬੈਕ ਵੀ ਭਰੀ, ਥਰਡ ਸਟੈਪ ਰੇਜ਼ਿੰਗ ਕੀਤੀ, ਆਲ ਫੇਸ ਐਂਡ ਰੇਜ਼ਡ ਔਨ ਬੈਕ ਪਿਕ। ਹੁਣ ਚੌਥਾ ਸਟੈਪ ਸਟਿਚਿੰਗ ਦਾ ਹੈਗਾ, ਸਟਿਚਿੰਗ ਹੈ ਦੇਖੋ, ਸਟਿਚਿੰਗ ਕਰਨੀ ਹੈ। ਸਟਿਚਿੰਗ ਦੇ ਕੁਝ ਧਾਗੇ ਇਹ ਦੇਖੋ ਬਲੈਕ ਕਲਰ ਨਾਲ ਤੁਸੀਂ ਫੇਸ ਪਿਕ ਤੇ ਰੇਜ਼ ਕਰ ਦੇਣੇ ਤੇ ਉਹੀ ਸੇਮ ਧਾਗਾ ਤੁਸੀਂ ਬੈਕ ਪਿਕ ਤੇ ਯੈਲੋ ਕਲਰ ਦੇ ਨਾਲ ਲੋਅਰ ਕਰਤਾ। ਬਲੈਕ ਕਲਰ ਇਹ ਦੇਖੋ ਸਟਿਚਿੰਗ, ਇਹ ਬਲੈਕ ਕਲਰ ਇੰਡੀਕੇਟ ਕੀਤਾ ਕਿ ਸਟਿਚਿੰਗ ਦਾ ਧਾਗਾ ਫੇਸ ਪਿਕ ਤੇ ਰੇਜ਼ ਕਰਤਾ। ਯੈਲੋ ਕਲਰ ਇੰਡੀਕੇਟ ਕਰਦਾ ਪਿਆ ਸਟਿਚਿੰਗ ਦਾ ਸੇਮ ਧਾਗਾ ਤੁਸੀਂ ਬੈਕ ਪਿਕ ਤੇ ਲੋਅਰ ਕਰਤਾ। ਇਹੀ ਸੀ ਸਟਿਚਿੰਗ ਦਾ, ਇਹ ਵਾਲਾ ਧਾਗਾ ਫੇਸ ਪਿਕ ਤੇ ਰੇਜ਼ ਕਰਤਾ, ਇਹੀ ਸੇਮ ਸਟਿਚਿੰਗ ਦਾ ਧਾਗਾ ਬੈਕ ਪਿਕ ਤੇ ਲੋਅਰ ਹੋ ਜਾਂਦਾ। ਸੋ ਇਹੀ ਇਹੀ ਗ੍ਰਾਫ ਦੇ ਵਿੱਚ ਦੱਸ ਰਹੇ ਹਾਂ। ਹੁਣ ਦੂਜਾ ਸਟਿਚਿੰਗ ਦਾ ਧਾਗਾ ਵੀ ਇਸੇ ਕਰ ਦੇਣਾ, ਇਸੇ ਤਰ੍ਹਾਂ ਹੀ ਵਰਕ ਕਰ ਦੇਣਾ। ਸਟਿਚਿੰਗ ਦਾ ਇਹ ਵਾਲਾ ਧਾਗਾ ਬਲੈਕ ਫੇਸ ਪਿਕ ਤੇ ਰੇਜ਼ ਕਰ ਦੇਣਾ ਤੇ ਇਹੀ ਸਟਿਚਿੰਗ ਦਾ ਧਾਗਾ ਬੈਕ ਪਿਕ ਤੇ ਲੋਅਰ ਕਰ ਦੇਣਾ। ਇਹ ਸਾਰਾ ਇੱਧਰ ਰਾਈਟ ਸਾਈਡ ਤੇ ਇਹਦਾ ਕਲਰ ਇੰਡੀਕੇਸ਼ਨ ਦਿੱਤਾ ਗਿਆ। ਰੈੱਡ ਕਲਰ ਤੁਹਾਡਾ ਫੇਸ ਪਿਕ ਸ਼ੋਅ ਕਰਦਾ ਪਿਆ ਜਿਸ ਦੀ ਜੋ ਕਿ 4 ਆਫ 4 ਡਾਊਨ ਟਵਿਲ ਵੀਪਦੀ ਹੈ। ਬਲੂ ਕਲਰ ਬੈਕ ਵੀ ਪਿਆ ਜੋ ਕਿ ਉਹ ਵੀ 4 ਆਫ 4 ਡਾਊਨ ਟਵਿਲ ਵੀਪਦੀ ਹੈ। ਪਿੰਕ ਕਲਰ ਇੰਡੀਕੇਟ ਕਰਦਾ ਪਿਆ ਇਹ ਵਾਲਾ ਆਲ ਫੇਸ ਐਂਡ ਰੇਜ਼ਡ ਔਨ ਬੈਕ ਪਿਕ। ਜਿਹੜਾ ਯੈਲੋ ਕਲਰ ਹੈ ਉਹ ਇੰਡੀਕੇਟ ਕਰਦਾ ਪਿਆ ਸਟਿਚਿੰਗ ਐਂਡ ਲੋਡ ਔਨ ਬੈਕ ਪਿਕ। ਬਲੈਕ ਕਲਰ ਇੰਡੀਕੇਟ ਕਰਦਾ ਪਿਆ ਇਹ ਵਾਲਾ ਕਿ ਸਟਿਚਿੰਗ ਐਂਡ ਰੇਜ਼ਡ ਔਨ ਫੇਸ ਪਿਕ, ਕਿਉਂਕਿ ਇਹ 16-18 ਦੇ 18 ਧਾਗੇ ਇੱਕ ਦੂਸਰੇ ਨਾਲੋਂ ਅਲੱਗ ਕੰਮ ਕਰਦੇ ਪਏ ਨੇ, ਇਸ ਕਰਕੇ ਡਰਾਫਟ ਸਟੇਟ ਹੋਏਗਾ। ਲਿਫਟਿੰਗ ਸੇਮ ਐਸ ਡਿਜ਼ਾਈਨ ਹੋਗੀ, ਇਸ ਦੀ ਤੁਸੀਂ ਡਰਾਫਟ ਤੇ ਲਿਫਟਿੰਗ ਤੁਸੀਂ ਨਾਲ ਬਣਾਉਣੀ ਹੈ। ਹੁਣ ਇਸੇ ਤਰ੍ਹਾਂ ਇਹ ਜਿਹੜਾ ਨੈਕਸਟ ਜਿਹੜੀ ਵੀਵ ਅਸੀਂ ਲਈ ਹੈ ਅਸੀਂ 3 ਅਪ 3 ਡਾਊਨ ਦੇ ਨਾਲ ਬਣਾਤੀ ਹੈ।
थ्री अप थ्री डाउन मीनस छे धागे फेस में चाहिए छे धागे बैक में चाहिए जो सा ग्राफ है यह 13/12 का बने क्योंकि असी ये एक स्टिचिंग का धागा लगे सो एंड साढ़े हो गए 13 तो पिक वाइज साढ़े को हो गए 12। ब्लू कलर के नाल असी फेस एंड एंड फेस पिक से 3 अप 3 डाउन भरती येलो कलर के नाल असी बैक एंड एंड बैक पिक से 3 अप 3 डाउन टूल भी भरती स्टिचिंग के धागे छड़ के पहला फेस भी भरती बैक भी भरती थर्ड स्टैप रेजिंग का ऑल फेस एंड रेज डाउन बैक पिक वो भी करता रेजिंग करने तो बाद असी स्टिचिंग करनी है स्टिचिंग का धागा एक स्टिचिंग का धागा एक पूरी फेस से रेज करता अगे जाके बैक से लोअर करता सो ये सारे कलर इंडिकेशन बारे तुहानू राइट साइड से दसिया गया भी है सेम उस तरह ही है। हुण तुसी करो एक डिजाइन करना है मेक ए डिजाइन ऑफ सेंटर स्टिच डबल क्लॉथ विद 5 अप 5 डाउन ट्विल वीप के नाल यह होमवर्क है जो तुसी करना है। मैं उम्मीद है कि मेरे वालों दिता है लैक्चर तुहानू समझ आ गया है अगर किसी तरह की कोई दिक्कत होगी तो तुम मैं पूछ सकते हो। थैंक यू।